ਉਸ ਨੇ ਨਵੇਂ ਮਾਡਲ ਸਵਰਾਜ 855 ਪਾਵਰ ਸਟੀਅਰਿੰਗ ਹੋਇਆ ਹੋਇਆ ਜੀ ਆਪਣਾ ਨੰਬਰ ਪੰਜਾਬ ਜੀ ਭਾਈ ਨੰਬਰ ਪੰਜਾਬ ਇਹ 90 ਮਾਡਲ ਹੈ ਵੀਰੇ 90 ਮਾਡਲ ਟਰੈਕਟਰ ਵੀ ਸਾਰਾ ਜੈਨੂਅਨ ਲੱਗਦਾ ਦੇਖਣ ਨੂੰ ਸਾਰਾ ਜੈਨੂਅਨ ਪੂਰਾ ਜੈਨੂਅਨ ਟਰੈਕਟਰ ਆ 90 ਮਾਡਲ ਇਹ ਵੀਰੇ ਕਿਹੜਾ ਟਰੈਕਟਰ ਤੇ ਲੱਗਿਆ ਹੋਇਆ ਜੀ 25-11 ਵੀਰੇ DI ਬਣਿਆ ਵਾ ਜੀ ਠੀਕ ਹੈ ਜੀ 86 ਮਾਡਲ ਟਰੈਕਟਰ ਇਹ 86 ਮਾਡਲ ਆ ਜੀ ਬਾਕੀ ਦੋ ਸਿਲੰਡਰ ਆ ਨਾ ਜੀ 94 ਮਾਡਲ ਮੈਂ ਜਰਾ ਦੋ ਸਮਝ ਰਿਹਾ 94 ਮਾਡਲ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ 1,00,000 ਰੁਪਏ ਮਾਡਲ ਨੰਬਰ HR ਮਾਡਲ 94 275 ਮਹਿੰਦਰਾ ਜੀ ਓਰੀਜਨਲ 275 ਹਾਂਜੀ 40-45 ਪੈਸੇ ਟਾਇਰ ਹੈਗੇ ਨੇ ਹਨਾ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆਊਟ ਆਫ ਜੀ ਗੇਟ ਦੇ ਵਿੱਚ ਪਹਿਲੇ ਵੀ ਆਪਾਂ ਅੱਜ ਖੜੇ ਆ ਕੈਦੂਪੁਰ ਅੱਡੇ ਦੇ ਵਿੱਚ ਫਿਰ ਤੁਹਾਨੂੰ ਪਤਾ ਹੈ ਬਾਈ ਜੀ ਜਿੱਦਰ ਸਿੱਪਾ ਬੜੇ ਵੀਡੀਓ ਚੈਨਲ ਤੇ ਬਾਈ ਜੀ ਵੀਡੀਓ ਆਉਂਦੇ ਰਹਿੰਦੇ ਨੇ ਧਾਲੀਵਾਲ ਟਰੈਕਟਰ ਸੇਲ ਪਰਚੇਸ ਦੇ ਨਾਂ ਤੇ ਆਪਣਾ ਬਾਈ ਜੀ ਨੇ ਬਾਈ ਜੀ ਨਾਲ ਕੋਲ ਕਾਫੀ ਟਰੈਕਟਰ ਖੜੇ ਨੇ ਤੇ ਇੱਕ ਤੁਸੀਂ ਜਿਵੇਂ ਲੋਡਰ ਪਾਇਆ ਆਪਣਾ ਪਹਿਲੇ ਬਾਈ ਦਾ ਐਤਕੀ ਪਹਿਲਾਂ ਵੀ ਕਾਫੀ ਕਮੈਂਟ ਆਏ ਨੇ ਕਿ ਆਪਾਂ ਲੋਡਰ ਚਾਹੀਦਾ ਜੀ ਬਾਈ ਕੋਲ ਨਵਾਂ ਲੋਡਰ ਵੀ ਆ ਗਿਆ ਤੇ ਆਪਾਂ ਉਹ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰਦੇ ਹਾਂ ਬਾਈ ਸਵਾਗਤ ਆਪਣੇ ਚੈਨਲ ਦਾ ਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਹਾਂਜੀ ਵੀਰੇ ਐਨ ਵਧੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਆਪਣਾ ਜਿਹੜਾ ਆਪਣੇ ਫਰਮ ਆ ਧਾਲੀਵਾਲ ਟਰੈਕਟਰ ਸੇਲ ਠੀਕ ਹੈ ਜੀ ਪਿੰਡ ਮੇਰਾ ਹਰਿਆਣਾ ਕਲਾ ਠੀਕ ਹੈ ਜੀ ਨਾਮ ਮੇਰਾ ਹੈਗਾ ਬਲਵਿੰਦਰ ਹੈਪੀ ਤੇ ਨਾਭੇ ਤੋਂ ਭਾਰਸੋ ਰੋਡ ਤੇ ਕੈਦੂਪੁਰ ਅੱਡਾ ਜੀ ਠੀਕ ਨਾਭਾ ਵੀ ਕਿੰਨਾ ਕਰਾਈ ਨਾ ਇੱਥੋਂ ਨਾਭਾ ਵੀ 8 ਕਿਲੋਮੀਟਰ ਹੈ ਜੀ 8 ਕਿਲੋਮੀਟਰ ਠੀਕ ਹੈ ਜੀ ਭਾਰਸੋ ਜੀ 8 ਕਿਲੋਮੀਟਰ ਜੀ ਮਤਲਬ ਸੈਂਟਰ ਜੀ ਦੇ ਵਿੱਚ ਆ ਜਾਂਦਾ ਜੀ ਕੈਦੂਪੁਰ ਵੱਲ ਸਾਡਾ ਪੈਂਦਾ ਜੀ ਠੀਕ ਹੈ ਤੇ ਕਰੀਏ ਫਿਰ ਸ਼ੁਰੂ ਆਪਾਂ ਹਾਂਜੀ ਇਹੋ ਕਰ ਲਈਏ ਬੜਾ ਸਟਾਰਟ ਇਸੇ ਦੇ ਕਰ ਲਓ ਹਾਂਜੀ ਕਿੰਨੇ ਮਾਡਲ ਵੀ ਟਰੈਕਟਰ ਇਹ 99 ਜੀ ਉਸ ਨੇ ਨਵੇਂ ਮਾਡਲ ਸਵਰਾਜ 855 ਪਾਵਰ ਸਟੀਅਰਿੰਗ ਹੋਇਆ ਹੋਇਆ ਜੀ ਪਾਵਰ ਸਟੀਅਰਿੰਗ ਹੋਇਆ ਹੋਇਆ ਜੀ ਆਪਣਾ ਨੰਬਰ ਪੰਜਾਬ ਜੀ ਭਾਈ ਨੰਬਰ ਪੰਜਾਬ ਇੰਜਨ ਕਹਿੰਦੇ ਮੇਰੇ ਕੋਲ ਓਕੇ ਆ ਵੀਰੇ ਪੂਰਾ ਓਕੇ ਜੀ ਠੀਕ ਹੈ ਜੀ ਤੇ ਕਾਪੀ ਕਾਗਜ਼ ਸਾਰੇ ਓਕੇ ਕਾਗਜ਼ ਸਾਰੇ ਆ ਜਾ ਬਾਕੀ ਟਾਇਰ ਤੁਸੀਂ ਦੇਖ ਸਕਦੇ ਹੋ ਟਾਇਰ 45 ਪੈਸੇ ਨੇ ਹਾਂ 40-45 ਪੈਸੇ ਟਾਇਰ ਹੈਗੇ ਨੇ ਤੇ ਵੀਰੇ ਪੰਪ ਕਰਕੇ ਪਾਵਰ ਸਟੀਅਰਿੰਗ ਹਾਂ ਜੀ ਆਪਣਾ ਐਕਟਿਵ ਜੈਕ ਵਾਲਾ ਇੱਕ ਨੰਬਰ ਦੇ ਵਿੱਚ ਕੰਮ ਕਰਿਆ ਹੋਇਆ ਕਿਸੇ ਮਿਸਤਰੀ ਦਾ ਕਾਰੀ ਕਰਦਾ ਤੇ ਵੀਰੇ ਕਿੰਨੇ ਦਾ ਆਪਾਂ ਨੇ ਇਹਦਾ 2,20,000 ਰੇਟ ਆ ਜੀ ਐਕਣ ਏਸੀ ਟਾਇਰ ਠੀਕ ਹੈ ਜੇ ਟਾਇਰ ਵੱਧ ਪਾ ਕੇ ਲੈਣੇ ਨੇ 90 ਪੈਸੇ ਟਾਇਰ ਆਪਣੇ ਕੋਲ ਪਏ ਨੇ ਠੀਕ ਆ ਉਹ ਪਾ ਕੇ ਫਿਰ ਇਹਨੂੰ ਦੇ ਦਾਂਗੇ 2,40,000 ਜੀ ਠੀਕ ਹੈ ਜੀ ਚਲੋ 90 ਪੈਸੇ ਟਾਇਰਾਂ 'ਚ 2,40,000 ਰੇਟ ਕਰਦੇ ਹਾਂ ਤੇ ਏਸੀ ਟਾਇਰਾਂ 'ਚ ਚਲੋ ਕਰ ਲਾਂਗੇ ਜੇ ਮੇਰੇ ਕੋਲ ਨਾ ਜੀ ਠੀਕ ਠੀਕ ਆਉਣਾ ਬੇਟਾ ਘੱਟ ਵੱਧ ਹੋ ਜਾਏਗਾ ਬੈਠ ਠੀਕ ਹੈ ਤੇ ਆ ਗਿਆ ਜੀ ਦੂਜਾ ਜੀ ਇਹ 275 ਹੈ ਵੀਰੇ 95 ਮਾਡਲ ਹੁਣ ਸਭ ਜਾਂਦੇ ਮਾਡਲ 275 ਹੈ ਜੀ ਹਾਂ ਇਹ ਵੀ ਸੋਹਣਾ ਰੇਟਰ ਹੈ ਜੀ ਠੀਕ ਹੈ ਜੀ ਨੰਬਰ ਜੀ ਵੀਰੇ ਪੰਜਾਬ ਦਾ ਪੰਜਾਬ ਨੰਬਰ ਪੰਜਾਬ ਦਾ ਨੰਬਰ ਆ 95 ਮਾਡਲ ਟਰੈਕਟਰ ਬਿਲਕੁਲ ਸਾਫ਼ ਸੁਥਰਾ ਪਿਆ ਸੋਹਣਾ ਰੇਟਰ ਹੈ ਵੀਰੇ ਪੇਟ ਪੂਟ ਲੱਗ ਰਹੇ ਨੇ ਹਾਂ ਜੀ ਇਹ ਨਹੀਂ ਹੈਗਾ ਵੀਰੇ ਜਿਹੜਾ ਗੜਿਆ ਗੁੜਿਆ ਵੈਣ ਬਿਲਕੁਲ ਪੂਰਾ ਓਕੇ ਹੈ ਬਾਡੀ ਲੈਣ ਦਾ ਪੂਰਾ ਸਾਫ਼ ਆ ਨਾ ਇਸੋਂ ਗੇਅਰ ਗੋਰ ਦੀ ਆਵਾਜ਼ ਨਹੀਂ ਕਿਸੇ ਪਾਸੇ ਮੋਢੇ ਟਾਇਰ ਦਾ ਮਤਲਬ ਹੈਗੇ ਨੇ 90 ਪੈਸੇ ਚਾਰੇ ਟਾਇਰ ਹੈਗੇ ਪਿਛਲੇ 80 ਪੈਸੇ ਹਾਂ 90 ਪਏ ਮੋਢੇ 90 ਪੈਸੇ ਨੇ ਤੇ ਵੀਰੇ ਕਿੰਨੇ ਦਾ ਟਰੈਕਟਰ ਬਣੂਗਾ ਜੀ ਇਹਦਾ 1,35 ਮੁੱਲ ਹੈ ਜੀ 1,35,000 ਰੁਪਏ ਡਿਮਾਂਡ ਹੈ ਜੀ ਹਾਂਜੀ ਪੇਟ ਪੂਟ ਵੀ ਨਾਲ ਇਹਨੇ ਦਿੱਤੇ ਨੇ ਤੇ ਠੀਕ ਹੈ ਜੀ ਚੌੜੇ ਮਰਾਟ ਲੱਗ ਰਹੇ ਨੇ ਹਾਂਜੀ ਇਸੇ ਚੰਦ ਮਹੀਨੇ ਤੋਂ ਲੱਗੇ ਵੀ ਆ ਠੀਕ ਹੈ ਜੀ ਤੇ ਅਗਲਾ ਕੱਢਦਾ ਹੀ ਹੈ ਜੋ ਆਪਾਂ ਜੀ ਇੱਧਰ ਨੂੰ ਆ ਜਾਓ ਹਾਂ ਆ ਦਿਖਾ ਦੇ ਵੀਰੇ ਪਿੱਛੇ ਦਿਖਾਈ ਨੇ ਪਿੱਛੇ ਹੁੱਕਾ ਬੜੀ ਵਧੀਆ ਲੱਗੀ ਵੀ ਆ ਹਾਂਜੀ ਹੁੱਕ ਹੱਕ ਟੌਪ ਲਿੰਕ ਹੈ ਨਾ ਵਧੀਆ ਟੌਪ ਲਿੰਕ ਵੀ ਨਵੀਂ ਵਰਗੀ ਪਈ ਆ ਟਾਇਰ BKT ਦੇ ਨੇ ਅਗਲੇ ਦੇਸੀ ਟਾਇਰ ਹੈ ਠੀਕ ਹੈ ਜੀ 12 ਟਾਇਰ ਹੈ ਠੀਕ ਹੈ ਜੀ ਤੇ ਵੀਰੇ ਇੱਧਰ ਫੋਰਡ ਇਹ 80 ਦਾ ਹੈ ਜੀ ਇਹ 90 ਮਾਡਲ ਹੈ ਵੀਰੇ 90 ਮਾਡਲ ਟਰੈਕਟਰ ਵੀ ਸਾਰਾ ਜੈਨੂਅਨ ਲੱਗਦਾ ਦੇਖਣ ਨੂੰ ਸਾਰਾ ਜੈਨੂਅਨ
ਪੂਰਾ ਜੈਨੂਅਨ ਟਰੈਕਟਰ ਆ, 90 ਮਾਡਲ, ਕੰਮ ਕੁੰਮ ਵਧੀਆ ਕਰਾਇਆ ਹੋਇਆ ਬੰਦੇ ਦਾ, ਹੈ ਨਾ ਜੀ? ਡਬਲ ਕਲੱਚ ਜੀ, ਸਾਹਮਣੇ ਬਾਰੇ ਟਰਾਈ ਪੂਰਾ ਸਾਹਮਣੇ ਆਵਾ, ਡਬਲ ਕਲੱਚ ਦੇ ਵਿੱਚ ਆ, ਤੇ ਨੰਬਰ ਵੀਰੇ 50 ਆ, ਨੰਬਰ 50 ਦੇ ਜੀ, ਬਾਕੀ ਆਰ ਸੀ ਉਰਸੀ ਵਗੈਰਾ ਹੈਗੀ ਸਾਰਾ ਕੁਝ ਕਾਗਜ਼ ਹਾਜ਼ਰ? ਠੀਕ ਆ ਜੀ। ਤੇ ਕਿੰਨੇ ਦਾ ਟਰੈਕਟਰ ਆਪਣਾ ਬਣੂਗਾ ਜੀ? 1,95,000 ਰੁਪਏ ਡਿਮਾਂਡ ਆ ਜੀ। 1,95,000 ਰੁਪਏ ਡਿਮਾਂਡ ਆ। ਟਾਇਰ ਹੈਗੇ ਨੇ ਇਹਦੇ ਵੀ 45 ਕੁ ਪੈਸੇ? 40-45 ਪੈਸੇ ਟਾਇਰ। ਹਾਂ, ਪਿੱਛੋਂ ਦਿਖਾ ਦੇ ਵੀਰੇ, ਪਿੱਛੋਂ ਵੀ ਰਾਡ ਮੂਡ ਬਹੁਤ ਸੋਹਣੇ ਆ। ਲੋਡਰ ਦੀ ਕਾਫੀ ਡਿਮਾਂਡ ਆ ਰਹੀ ਸੀ ਤੇ ਕਾਫੀ ਭਰਾਵਾਂ ਦੇ ਕਮੈਂਟ ਆਏ ਨੇ ਵੀ ਆਪਾਂ ਨੂੰ ਲੋਡਰ ਚਾਹੀਦਾ, ਫੋਨ ਵੀ ਆਏ ਤੇ ਲੋਡਰ ਲੈ ਜਾਂਦਾ ਤੁਹਾਡੇ ਵਾਸਤੇ। ਇਹ ਵੀਰੇ ਕਿਹੜਾ ਟਰੈਕਟਰ ਤੇ ਲੱਗਿਆ ਹੋਇਆ ਜੀ? 25,000 ਵੀਰੇ ਡੀ ਆਈ ਬਣਿਆ ਵਾ ਜੀ। 25,000 ਡੀ ਆਈ ਬਣਿਆ ਵਾ ਕਿਵੇਂ ਵੀਰੇ? ਡੀ ਆਈ ਬਣ ਜਾਂਦਾ ਇਹ? ਠੀਕ ਹੈ ਜੀ, ਡੀ ਆਈ ਦੇ ਵਿੱਚ ਹੋਇਆ ਵਾ ਇਹ? ਹਾਂ, ਡੀ ਆਈ ਹੋਇਆ ਵਾ। ਠੀਕ ਹੈ ਜੀ। 86 ਮਾਡਲ ਟਰੈਕਟਰ ਹੈ ਇਹ? 86 ਮਾਡਲ ਆ ਜੀ। ਬਾਕੀ ਦੋ ਸਿਲੰਡਰ ਆ ਨਾ ਜੀ? ਤੇ ਵੀਰੇ ਜਿਵੇਂ ਪੰਪ ਪੁੰਪ ਹੋ ਗਏ, ਇਹ ਦੇਖੋ ਆਹ ਡਬ ਨਾ, ਆਹ ਤਾਂ ਹੈਗਾ ਜੀ ਪੰਪ ਲੱਗਿਆ ਵਾ। ਠੀਕ ਹੈ, ਸਟੀਅਰਿੰਗ ਇਹ ਪ੍ਰੈਸ਼ਰ ਸਟੀਅਰਿੰਗ ਲਾ ਗਿਆ ਜੀ। ਉਹ ਅਗਲਾ ਪੰਪ ਲੱਗਿਆ ਵਾ ਇਹਨੂੰ ਆਪਣਾ ਲੋਡਰ ਦਾ ਜੀ, ਡਬਲ ਪੰਪ 'ਚ। ਤੇ ਜਿਵੇਂ ਵੀਰੇ ਚੈੱਕ ਹੋ ਗਏ, ਪੰਪ ਹੋ ਗਏ ਪੂਰੀ ਸਾਰਾ? ਹਾਂ, 2022 ਮਾਡਲ ਲੱਗਿਆ ਵਾ ਜੀ। ਠੀਕ ਹੈ ਜੀ, ਫਿਰ ਤਾਂ ਹਾਲੇ 2 ਸਾਲੇ ਹੋਏ ਨੇ? 2 ਸਾਲੇ ਹੋਏ ਨੇ। ਠੀਕ ਠੀਕ ਹੈ ਜੀ। ਚਲੀ ਵੀ ਮਤਲਬ ਜਿਵੇਂ ਮਰਜ਼ੀ ਚੈੱਕ ਕਰ ਜਾ ਹਾਲ ਆਪਣਾ, ਜਿਵੇਂ ਮਰਜ਼ੀ ਚੈੱਕ ਕਰ। ਬਾਕੀ ਵੀਰੇ ਟਰੈਕਟਰ ਟਰੇਨ ਜਿਹੜੇ ਜਿਹੜੇ ਲੱਗੇ ਤਾਂ ਵਧੀਆ ਸਾਰਾ ਉੱਥੇ। ਬਾਕੀ ਤੁਹਾਨੂੰ ਹਾਲ ਚਾਲ ਸਾਰਾ ਕਿਸੇ ਵੀ ਗੱਲ ਦੀ ਤੁਹਾਨੂੰ ਬੰਦਾ ਵੀ ਆਪਣਾ ਭਰ ਕੇ ਦਿਖਾ ਦਾਂਗੇ। ਠੀਕ ਹੈ ਠੀਕ ਹੈ, ਬਾਈ ਇਹਨਾਂ ਚੈੱਕ ਕਰਕੇ ਦਿਖਾ ਦਾਂਗੇ ਟਰਾਲੀ ਭਰ ਕੇ। ਤੇ ਆਲਾ ਜੀ ਮਹਿੰਦਰਾ ਪਿੱਛੇ ਜਲਮੀ ਲੱਗੀ ਹੋਈ ਆ। ਠੀਕ ਹੈ ਜੀ, ਰਾਡ ਦੁਆਰੇ ਨਵੇਂ ਲੱਗੇ ਹੋਏ ਨੇ। ਠੀਕ ਹੈ, ਇੰਜਨ ਗੇਅਰ ਦਾ ਵਧੀਆ, 1,25,000 ਰੁਪਏ ਡਿਮਾਂਡ ਹੈ ਜੀ। 1,25,000 ਰੁਪਏ ਡਿਮਾਂਡ ਆ। ਇੰਜਨ ਗੇਅਰ ਤਸੱਲੀ ਆ ਪੂਰੀ ਬਾਈ, ਕਹਿੰਦਾ ਵੀ ਜਿਵੇਂ ਮਰਜ਼ੀ ਆਪਣਾ ਚੈੱਕ ਕਰਕੇ ਲਿਜਾ ਸਕਦੇ ਹੋ ਪਾ ਕੇ। ਤੇ ਹੈਗਾ ਜੀ 94 ਮਾਡਲ, 94 ਮਾਡਲ ਮੈਂ ਜਰਾ ਤੋਂ ਸਮਝਾ, 94 ਮਾਡਲ ਜੀ, ਹਰਿਆਣਾ ਨੰਬਰ ਹੈ। ਠੀਕ ਹੈ ਜੀ, 1,00,000 ਡਿਮਾਂਡ ਹੈ। ਨੰਬਰ HR ਮਾਡਲ 94, 275 ਮਹਿੰਦਰਾ ਜੀ, ਓਰੀਜਨਲ 275। ਹਾਂ ਜੀ, 40-45 ਪੈਸੇ ਟਾਇਰ ਹੈਗੇ ਨੇ, ਹੈ ਨਾ ਜੀ? ਹਾਂਜੀ ਹਾਂਜੀ। ਠੀਕ ਹੈ ਜੀ, ਤੇ 1,00,000 ਦੀ ਡਿਮਾਂਡ ਹੈ ਜੀ। 1,00,000 ਦੀ ਡਿਮਾਂਡ ਆ ਜੀ। ਠੀਕ ਹੈ, ਬਾਕੀ ਵੀਰੇ ਆਰ ਸੀ ਵਗੈਰਾ ਜੀ ਪੂਰੀ ਹੈਗੀ ਆਪਣਾ ਅਵੇਲੇਬਲ ਹੈ ਜੀ? ਹਾਂਜੀ ਠੀਕ ਹੈ ਠੀਕ। ਹਾਂਜੀ ਵੀਰੋ, ਇਹ ਸੀ ਟਰੈਕਟਰ ਬਾਈ ਜੀ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ। ਬਾਈ ਕੋਲ ਲੋਡਰ ਵੀ ਖੜਾ ਹੈ ਜੇ ਕਿਸੇ ਵੀਰੇ ਭਰਾ ਨੂੰ ਚਾਹੀਦਾ ਹੋਵੇ। ਤੇ ਵੀਰੇ ਇੱਕ ਵਾਰ ਫਿਰ ਤੋਂ ਆਪਣਾ ਜਿਹੜਾ ਐਡਰੈਸ ਆ ਉਸ ਪੰਜਾਬ ਉੱਤੇ ਆਪਣੇ ਕੰਟੈਕਟ ਨੰਬਰ ਬੋਲ ਦਿਓ ਜੀ। ਮੋਬਾਈਲ ਨੰਬਰ ਹੈਗਾ ਜੀ 98,42,7,193, ਬਲਵਿੰਦਰ ਐਪੀ ਮੇਰਾ ਨਾਮ ਆ ਜੀ, ਅਤੇ ਕੈਪੀ ਪਰ ਬੱਸ ਅੱਡਾ ਜੀ। ਠੀਕ ਹੈ ਜੀ, ਆਪਾਂ ਪਾਰਸਲ ਹੋ ਜਾਂਦਾ। ਠੀਕ ਹੈ, ਰੋਟੀ ਪੁਲ ਤੋਂ ਪਾਰਸਲ ਸੈਂਟਰ ਚਾਹੀਦਾ। ਠੀਕ ਹੈ ਜੀ, 8-8 ਕਿਲੋਮੀਟਰ ਪੈ ਜੀ। ਹਾਂਜੀ।
ਬਹੁਤ ਧੰਨਵਾਦ ਵੀ ਤੁਹਾਡਾ ਸੁਨੇਪਰ ਕੀ ਕਰਾਉਣ ਦਾ ਟਾਈਮ ਲੱਗਦਾ ਧੰਨਵਾਦ ਵੀਰੋ ਹਾਂਜੀ ਵੀਰੋ ਇਹ ਟਰੈਕਟਰ ਬਾਕੀ ਜੇ ਵੀਡੀਓ ਚੰਗੀ ਲੱਗੂਗੀ ਤਾਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਪੇਜ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕੀ ਆਪਣੇ ਇੰਸਟਾ ਨੂੰ ਫੋਲੋ ਜਦੋਂ ਤੁਹਾਡੇ ਕੋਲ ਰੀਲਾਂ ਲੈ ਕੇ ਆਉਂਦੇ ਰਹਿੰਦੇ ਹਾਂ ਵੀਡੀਓ ਨੂੰ ਲਾਈਕ ਕਮੈਂਟ ਧੰਨਵਾਦ।